बारे इन्हां कोलों सिख लिया वा कि भी ब्रीडिंग इदां किदां करवाउणी आ, पर इन्हां दे कोल कुछ कबूतर मैं देखे चिट्टी अखां दे मलवई, और जिहड़ा साडे बाहर मुल्कां च शौक हुंदा ना सरदार जी, ओह ਉਹ ਕਹਿੰਦੇ ਜੀ ਚਿੱਟੀ ਅੱਖਾਂ ਦੇ ਉੱਡਣਗੇ ਜੀ, ਪੀਲੀ ਅੱਖ ਦਾ ਕਬੂਤਰ ਮਲਵਈ ਨਹੀਂ, ਮਲਵਈ ਹੁੰਦਾ ਉਹ ਪੰਜਾਬੀ ਕਬੂਤਰ ਹੁੰਦਾ ਪੱਟੀ ਵਾਲਾ, ਉਹ ਨਹੀਂ ਤੁਹਾਡਾ ਐਂਟਰੀ 'ਚ ਬਹਿਣਾ, ਹਨਾ ਕਿ ਤੁਹਾਨੂੰ ਪਤਾ ਇਹ ਚਿੱਟੀਆਂ ਇਹ ਪੀਲੀਆਂ ਅੱਖਾਂ 'ਚ ਹਾਈ ਫਲਾਇਰ ਵੀ ਆਉਂਦੇ ਆ, ਪਰ ਉਹ ਜਿਹੜਾ ਨਾ ਮਨਾ ਕਰਦੇ ਆ ਹਾਈ ਫਲਾਇਰ ਨੂੰ ਉਡਾਉਣ ਨੂੰ, ਤੇ ਹੁਣ ਤੁਸੀਂ ਸਾਨੂੰ ਇਹ ਦਿਖਾ ਸਕਦੇ ਆ ਕਿ ਵੀ ਯਾਰ ਨਹੀਂ ਸਿਰਫ ਪੀਲੀਆਂ ਅੱਖਾਂ ਦੇ ਲਈ ਮਲਵਈ ਹੁੰਦਾ, ਚਿੱਟੀਆਂ ਅੱਖਾਂ 'ਚ ਵੀ ਮਲਵਈ ਹੁੰਦੀ ਆ। ਹਾਂਜੀ ਬਿਲਕੁਲ ਹੁੰਦੇ ਜਿਹੜੀਆਂ ਅੱਖਾਂ ਦੇ ਮਲਵਈ, ਸਵਾਲ ਤੁਸੀਂ ਪੁੱਛ ਸਕਦੇ ਸਾਡੇ ਬੰਦਿਆਂ ਤੋਂ ਕਿ ਵੀ ਉਹ ਅਲਾਊਡ ਹੋ ਸਕਦੇ ਆ, ਫਿਰ ਕਿਉਂ ਨਹੀਂ ਹੋ ਸਕਦੇ ਅਲਾਊਡ ਜੇ ਪੀਲੀਆਂ ਅੱਖਾਂ ਦੇ ਹੈਗੇ ਮਲਵਈ ਤੇ ਚਿੱਟੀਆਂ ਅੱਖਾਂ ਦੇ। हां जी हुण आ वीडियो मैं एक पहला भी चाड़ी सी, पर वह मद्रासियां दे बारे चाड़ी सी, और स्पैशली दिल्ली तो इत्थे मैं इसी करके आया सी कि सरदार सोहन सिंह जी दे घर ते मैं वेखे सीगे चिट्टी अखां दे मलवई, पर मैं दिखाउणा चाहुंदा सी। इह दिखाउण दा मकसद इह है मेरा, क्योंकि जिहड़े बंदे कहिंदे आ नहीं जी पीलियां अखां दे कबूतर ही मलवई हुंदे ने या कालियां अखां दे कबूतर ही मलवई हुंदे ने, उन्हां सब दे जवाब देने लई मैं सरदार साहब नूं कहा वी स्पैशली जिहड़ा ना चिट्टियां अखां दे मलवई दिखाओ, ठीक आ। अखां दे नाल कबूतरबाजी नहीं होनी चाहिए, यही गल आ। जे कंपीटीशन च उड़दे आ ते कैटेगरी उड़नी चाहिए, जे उह लो फ्लायर लो फ्लायर उड़न, जे हाई फ्लायर हाई फ्लायर उड़न, यही गल होनी चाहिए। हुण आ सरदार साहब दे कबूतर आ अखां दे, ਆ ਵੇਖੋ ਇਹ ਬੱਗੇ ਨੇ ਚਿੱਟੀਆਂ ਅੱਖਾਂ ਦੇ, ਆ ਵੇਖੋ ਹੈ ਮਲਵਈ ਨੇ, ਇਹ ਮਲਵਈ ਨੇ ਜੀ। ਹਾਂਜੀ ਹਾਂਜੀ ਪਿਓਰ ਮਲਵਈ ਜੀ। ਆਹ ਸਰਦਾਰ ਜੀ ਦੇ ਕਲਦਮੀ ਪੁੱਛੀ ਵਾਲੇ ਦਿਖਾਓ, ਆ ਵੇਖੋ ਹੁਣ ਇਹ ਚਿੱਟੀਆਂ ਅੱਖਾਂ ਦੇ ਨੇ, ਕਾਲੀ ਦੋਮੇ ਆ, ਕਲਦਮੀ ਕਬੂਤਰੀ ਆ, ਇਹ ਮਲਵਈ ਹੈ ਜੀ, ਪਿਓਰ ਮਲਵਈ ਜੀ, ਪਿਓਰ ਮਲਵਈ, ਪਿਓਰ ਮਲਵਈ, ਪਿਓਰ ਮਲਵਈ, ਠੀਕ ਆ। ਇੱਕ ਆ ਆ ਮੋਜ ਆ ਦਿੱਤੇ ਹਨਾ, ਚੱਕੋ ਇਹਦੇ ਪੈਰਾਂ ਵਿੱਚ, ਆ ਮੋਜ ਵਾਲੀ ਸੱਚਾ ਹੋਆ, ਇਹ ਬਿਨਾਂ ਮੋਜ ਦੇ ਆ ਕਬੂਤਰੀ, ਚੱਕ ਕਰੋ ਹੁਣ ਹੈ, ਪਰ ਇਹ ਮਲਵਈ ਹੈ, ਮਲਵਈ ਮਤਲਬ ਪੰਜਾਬੀ, ਪੰਜਾਬੀ ਮਤਲਬ ਪੱਟੀ ਵਾਲੇ ਕਹਿ ਲਓ, ਪਾਕਿਸਤਾਨੀ ਲੈਂਗੁਏਜ ਟੋਲ ਇਹਨਾਂ ਨੂੰ, ਲੀਵੀ ਫਲਾਈ ਵਾਲੇ ਕਹਿ ਲਓ, ਕਿਹੜੇ ਮਰਜ਼ੀ ਤੁਸੀਂ ਕਹਿ ਲਓ, ਆ ਵੇਖੋ ਹੋਰ ਦੇਖੋ ਮਲਵਈ ਇਹਨਾਂ ਦੀ, ਦੇਖੋ ਜੀ ਪਿਓਰ ਮਲਵਈ, ਇਹਨਾਂ ਨੂੰ ਪਿਓਰ ਮਲਵਈ ਕਹਿੰਦੇ ਆ, ਜਿਹਨਾਂ ਦੇ ਪੈਰਾਂ 'ਚ ਜੁਰਾਬਾਂ ਪੂਰੀਆਂ, ਪਾ ਦੀ ਨਾਲੇ ਇਹ ਮੋਜ ਆ ਇਹਨਾਂ ਦੇ, ਮੋਜ ਆ ਪੈਰਾਂ ਤੇ। ਹੁਣ ਆਹ ਦੇਖੋ ਇਹ ਲੋ ਫਲਾਇਰ ਆ, ਛਤਰੀਆਂ ਵੀ ਲਾਈਆਂ ਹੋਈਆਂ ਇਹਨਾਂ ਦੇ, ਇਹ ਛਤਰੀਆਂ ਵੀ ਲਾਈਆਂ ਹੋਈਆਂ, ਇੱਥੇ ਟਿਕਾਉਂਦੇ ਹੋ ਤੁਸੀਂ? ਹਾਂਜੀ ਹਾਂਜੀ ਮੇਰੇ ਛਤਰੀ ਤੇ, ਜੇ ਬੇਸਿਕਲੀ ਜੇ ਦੇਖਿਆ ਜਾਵੇ ਇਹ ਸਿੰਘ ਸਾਹਿਬ ਇਹ ਛਤਰੀ ਵਾਲੇ ਕਬੂਤਰ ਆ। ਹਾਂਜੀ ਹਾਂਜੀ ਹੈ ਨਾ, ਜਿਹਦੇ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਛਤਰੀ ਵਾਲੇ ਕਿਹਾ ਜਾਂਦਾ, ਕੋਈ ਟੋਲੀਆ ਇਹਨਾਂ ਨੂੰ ਇਹ ਪੱਟੀ ਵਾਲੇ ਵੀ ਕਹਿੰਦਾ ਵਾ, ਕੋਈ ਮਲਵਈ, ਆਪਾਂ ਇੱਥੇ ਮਲਵਈ ਕਹਿੰਦੇ ਆ, ਆਪਾਂ ਮਲਵਈ ਕਹਿੰਦੇ, ਦਿੱਲੀ ਵਾਲੀ ਸਾਈਡ ਪੰਜਾਬੀ ਕਹਿੰਦੇ, ਪੰਜਾਬੀ ਕਹਿੰਦੇ ਦਿੱਲੀ ਵਾਲੀ ਸਾਈਡ। ਆ ਦਿਖਾਇਓ ਇਹ ਸਾਰੇ ਕਬੂਤਰ ਚਿੱਟੀਆਂ ਅੱਖਾਂ ਦੇ, ਇਹ ਸਾਰੇ ਜੀ ਚਿੱਟੀਆਂ ਅੱਖਾਂ ਦੇ ਕਬੂਤਰ, ਸਾਰੇ ਚਿੱਟੀਆਂ ਅੱਖਾਂ ਦੇ ਕਬੂਤਰ ਆ। ਇਹਨਾਂ ਬਾਰੇ ਕੋਈ ਰੋਸ਼ਨੀ ਪਾਓ, ਇਹ ਚਿੱਟੀਆਂ ਅੱਖਾਂ ਕਿੱਦਾਂ ਹੋ ਗਈਆਂ ਜੀ, ਇਹ ਤਾਂ ਪੀਲੀਆਂ ਅੱਖਾਂ ਦੇ ਮਲਵਈ ਹੁੰਦੇ ਆ, ਤੁਹਾਡੇ ਕੋਲ ਚਿੱਟੀਆਂ ਅੱਖਾਂ ਕਿੱਦਾਂ ਆ ਗਈਆਂ ਸਿੰਘ ਸਾਹਿਬ? ਭਾਈ ਇਹ ਤੁਹਾਡਾ ਵਹਿਮ ਆ, ਇਹ ਚਿੱਟੀਆਂ ਅੱਖਾਂ ਦੇ ਪਿਓਰ ਮਲਵਈ ਕੋਈ ਜਾਂਦੇ ਕਬੂਤਰ, ਮੇਰੀ ਗੱਲ ਸੁਣ ਲਓ, ਠੀਕ ਆ। ਜਿਹੜੇ ਚਿੱਟੀਆਂ ਅੱਖਾਂ 'ਚ ਆ ਜਿਹੜੇ ਮੇਰੇ ਕਬੂਤਰ ਮਲਵਈ ਆ ਨਾ, ਮੈਂ ਕਹਿੰਦਾ ਸਭ ਨੂੰ ਜ਼ਿਆਦਾ ਉਡਾਨ ਮਲਵਈ ਜਿਹੜੇ ਚਿੱਟੀਆਂ ਅੱਖਾਂ ਵਾਲੇ ਕਰਦੇ ਆ। ਪਰ ਸਿੰਘ ਸਾਹਿਬ ਉੱਥੇ ਸਾਡੇ ਕਈ ਐਸੇ ਭਰਾ ਹੈ ਨੇ, ਮੈਂ ਨਾਂ ਨਹੀਂ ਲਊਂਗਾ ਕਿਸੇ ਮੁਲਕ ਦਾ ਵੀ ਨਾਂ ਨਹੀਂ ਲਊਂਗਾ, ਪਰ ਮੈਂ ਕਿਸੇ ਬੰਦੇ ਦਾ ਵੀ ਨਾਂ ਨਹੀਂ ਲਊਂਗਾ, ਕਿ ਉਹ ਤਾਂ ਕਹਿੰਦੇ ਨੇ ਜੀ ਚਿੱਟੀਆਂ ਅੱਖਾਂ ਦੇ ਸਿਰਫ ਦੇਸੀ ਇਹ ਹਾਈ ਫਲਾਇਰ ਹੁੰਦੇ ਆ ਤੇ ਮਲਵਈ ਨਹੀਂ ਹੁੰਦੇ, ਮਲਵਈ ਸਿਰਫ ਪੀਲੀਆਂ ਅੱਖਾਂ ਦੇ ਤੇ ਇਹ ਕਾਲੀਆਂ ਅੱਖਾਂ ਦੇ ਹੁੰਦੇ ਆ। ਉਹ ਫੇਰ ਖਿਲਾੜੀ ਨਹੀਂ ਆ, ਕਬੂਤਰ ਖਿਲਾੜੀ ਜਿਹੜਾ ਇਹ ਬੰਦਾ ਕਹਿੰਦਾ ਗੱਲ, ਮੈਂ ਥੋ ਕੇ ਜਵਾਬ ਦਿੰਦਾ ਜੀ, ਉਹ ਤੇ ਆਪਣੇ ਆਪ ਚਿੱਟੀਆਂ ਅੱਖਾਂ ਦੇ ਪਿਓਰ ਮਲਵਈ ਕਬੂਤਰ ਜ਼ਿਆਦਾ ਉੜਦੇ ਆ, ਮੇਰਾ ਦਾਵਾ ਚੈਲੰਜ ਆ, ਮੇਰਾ ਚੈਲੰਜ ਕਰਦਾ, ਪਿਓਰ ਕਬੂਤਰ ਜਿਹੜੇ ਇਹ ਮਲਵਈ ਕਹਿ ਜਾਂਦੇ ਆ ਚਿੱਟੀਆਂ ਅੱਖਾਂ ਦੇ, ਇਹਨਾਂ ਦੇ ਉੱਪਰ ਕੋਈ ਉਡਾਨ ਨਹੀਂ ਕਰ ਸਕਦਾ ਕਬੂਤਰਾਂ ਦੇ ਉੱਤੇ। ਤੁਸੀਂ ਦਿਖਾ ਵੀ ਦਿੱਤੇ, ਦਿਖਾ ਵੀ ਦਿੱਤੇ ਤੁਹਾਨੂੰ ਮੈਂ, ਤੁਸੀਂ ਸਾਨੂੰ ਦਿਖਾਤੇ, ਤੁਸੀਂ ਮੋਜ ਵੀ ਦਿਖਾਤੇ, ਮੋਜਾਂ ਵੀ ਦਿਖਾਤੀਆਂ, ਮੈਂ ਮੋਜਾਂ ਵਾਲੀ ਮੋਜ ਵੀ ਹੈਗੀ ਆ, ਠੀਕ ਹੈ, ਦੜਿਆਂ ਦੇ ਵਿੱਚ ਵੀ ਉੱਡੇ ਗਏ ਨੇ, ਖੈਰ ਕਾਫੀ ਕਬੂਤਰ ਚਿੱਟੇ ਮਲਵਈਆਂ ਵਾਲੇ ਹਨਾ, ਪਰ ਹੁਣ ਤੁਸੀਂ ਇਦਾਂ ਦੇ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਜਿਹੜੇ ਇਹ ਬੰਦੇ ਜਿਹੜੇ ਇਦਾਂ ਦੇ ਆ, ਇਹ ਗੇਮ ਨੂੰ ਨਾ ਬੜਾਵਾ ਨਹੀਂ ਦੇਣਾ ਚਾਹੁੰਦੇ, ਜਿਹੜੇ ਮਲਵਈ ਕਬੂਤਰ ਆ ਨਾ ਭਾਜੀ, ਜਿਹੜੇ ਇਹ ਜਿਹੜੇ ਆਪਾਂ ਦੇਸੀ ਵੀ ਜਿਹਨਾਂ ਨੂੰ ਕਹਿੰਦੇ ਆ, ਹੈ ਤਾਂ ਜਾਨਵਰ ਇਹਨੇ ਕੋਈ, ਉਹ ਪੀਲੀ ਅੱਖਾਂ ਦੇ ਕਬੂਤਰ ਸਾਨੂੰ ਕੰਪੀਟੀਸ਼ਨ ਨਹੀਂ ਪਾਣ ਦਿੰਦੇ, ਕਹਿੰਦੇ ਨਹੀਂ ਜੀ ਪੀਲੀ ਅੱਖਾਂ ਦੇ ਕਬੂਤਰ ਗਲਤ ਆ ਜੀ, ਇਹ ਮਲਵਈਆਂ ਚ ਹੁੰਦੇ ਆ, ਭਾਵਾਂ ਹਾਈ ਫਲਾਇਰ ਵੀ ਹੋਣ, ਭਾਜੀ ਇਹ ਗਲਤ ਆ, ਜਾਨਵਰ ਤਾਂ ਜਾਨਵਰ ਹੀ ਆ, ਉਹਦਾ ਵੀ ਦਿਲ ਉਨਾ ਹੀ ਆ, ਦੇਸੀ ਦਾ ਵੀ ਤੇ ਮਲਵਈ ਦਾ ਵੀ ਤੇ ਹਾਈ ਫਲਾਇਰ ਦਾ ਵੀ ਤੇ ਮਦਰਾਸੀ ਦਾ ਵੀ। ਅੱਛਾ, ਇਹ ਤੇ ਡਿਪੈਂਡ ਕਰਦਾ ਆਪਣੀ ਖੁਰਾਕ ਤੇ, ਤੁਸੀਂ ਕਿੰਨਾ ਕਬੂਤਰ ਉਡਾ ਸਕਦੇ ਆ, ਜਿੱਦਾਂ ਨੁਕਤੇਬਾਜੀ ਤੁਹਾਡੀ ਮੇਨ ਮੇਨ ਖੁਰਾਕ ਤੇ ਨੁਕਤੇਬਾਜੀ, ਜੇ ਨੁਕਤੇ ਦੇ ਤੁਹਾਡੇ ਕੋਲ ਅੱਛੇ ਆ ਤੇ ਤੁਸੀਂ ਫੁੱਦੂ ਕਬੂਤਰ ਨੂੰ ਵੀ ਸ਼ਾਮ ਤੱਕ ਲਿਜਾ ਸਕਦੇ ਆ, ਜਿਹੜਾ ਆਮਾਮ 2 ਘੰਟੇ ਉੜਦਾ, ਮੈਂ ਉਸ ਕਬੂਤਰ ਨੂੰ ਸ਼ਾਮ ਤੱਕ ਲੈ ਜਾਂਦਾ, ਏਦਾਂ ਦੀਆਂ ਡਾਇਟ ਆ ਗਈ, ਇੰਨੇ ਦੀ ਖੁਰਾਕ ਆ ਗਈ। ਸਰਦਾਰ ਜੀ ਇੱਕ ਗੱਲ ਹੋ ਰਿਹਾ, ਇਹ ਮਲਵਈ ਆ, ਹੁਣ ਤੁਹਾਡੇ ਹਾਈ ਫਲਾਇਰ ਵੀ ਆਪਾਂ ਦੇਖਦੇ ਆ, ਹਾਈ ਫਲਾਇਰ ਦਿਖਾਉਂਗੇ ਆ? ਹਾਂਜੀ ਹਾਂਜੀ ਹਾਈ ਫਲਾਇਰ ਵੀ ਦਿਖਾਉਣਾ ਨਾ ਤੁਹਾਨੂੰ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਕੋਇਆ ਜ਼ਰਦਖਾ ਇਹ ਕੋਈ ਸ਼ਨਾਖਤ ਕਿਸੇ ਚੀਜ਼ ਪਾਬੰਦੀ ਹੋਣੀ ਚਾਹੀਦੀ ਨਸਲ ਤੇ।
ਹੁਣ ਦੇਸੀ ਕਬੂਤਰ ਨੇ ਮਤਲਬ ਜਿਸਾ ਸਿਆਲਕੋਟੀ ਕਬੂਤਰ ਨੇ ਸਿਆਲਕੋਟੀ ਕਬੂਤਰਾਂ ਦੇ ਵਿੱਚ ਮਕੋਏ ਕਬੂਤਰ ਨਿਕਲਦੇ ਨੇ ਸਿਆਲਕੋਟੀ ਜਿਹੜੇ ਨੇ ਸਾਡੇ ਉਹ ਜ਼ਰਦਖੇ ਵੀ ਹੈ ਨੇ ਠੀਕ ਹੈ ਤੂੰ ਇਹਦਾ ਮਤਲਬ ਇਹ ਦਿੰਦੇ ਕਿ ਬੰਦੀ ਜ਼ਰਦਖੇ ਦੇ ਵਿੱਚ ਚਿੱਟੀ ਅੱਖ ਵਾਲਾ ਪੱਟੀ ਵਾਲਾ ਉੱਡ ਸਕਦਾ ਚਿੱਟੀਆਂ ਅੱਖ ਵਾਲੇ ਵੀ ਨਿਕਲਦੇ ਨੇ ਗੱਲ ਖਿਡਾਰੀਆਂ ਲਈ ਹੋਣੀ ਚਾਹੀਦੀ ਹੈ ਸ਼ੁਕੀ ਜਿਹੜੀ ਇਹ ਗੱਲ ਨਾ ਫਲਾਣੀ ਅੱਖ ਦਾ ਨਹੀਂ ਉੱਡ ਸਕਦਾ ਇਹ ਕੋਈ ਪਛਾਣ ਨੇ ਹੁਣ ਪੱਟੀ ਵਾਲੇ ਕਬੂਤਰ ਜਿਹੜੇ ਨੇ ਸਾਦੇ ਕਬੂਤਰ ਜਿਹੜੇ ਨੇ ਉਹ ਚਿੱਟੀਆਂ ਅੱਖਾਂ ਚ ਨੇ ਇਹਦਾ ਮਤਲਬ ਉਹ ਉੱਡ ਸਕਦੇ ਨੇ ਚਿੱਟੀਆਂ ਅੱਖਾਂ ਚ ਹੈ ਨੇ ਠੀਕ ਹੈ ਤੁਹਾਡੇ ਲਾਲ ਅੱਖਾਂ ਵਾਲੇ ਹੁਣ ਬਣ ਗਏ ਨੇ ਪੱਟੀ ਵਾਲੇ ਕਬੂਤਰ ਲੋਕਾਂ ਕੱਢ ਲੈ ਨੇ ਗਹਿਰੀਆਂ ਅੱਖਾਂ ਵਾਲੇ ਸਿਆਲਕੋਟੀਆਂ ਦੀਆਂ ਅੱਖਾਂ ਨੂੰ ਜਿਹਦੇ ਵੇਖੇ ਨੇ ਪੱਟੀ ਵਾਲੇ ਕਬੂਤਰ ਨਿਕਲ ਆਏ ਨੇ ਡਿਪੈਂਡ ਕਰਦੇ ਗੱਲ ਹੈ ਜਿਹੜੀ ਇਹ ਨਾੜੀਆਂ ਵਾਲੀ ਗੱਲ ਹੈ ਫਲਾਣੀ ਅੱਖ ਦਾ ਨਹੀਂ ਉੱਡ ਸਕਦਾ ਖਿਲਾੜੀ ਬੰਦੇ ਲਈ ਐ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਬੂਤਰ ਫਾੜਦੇ ਤੁਹਾਨੂੰ ਪਤਾ ਲੱਗ ਜਾਂਦਾ ਕਿਹੜੀ ਬਰੀਡ ਹੈ ਐ ਚ ਕਿਹੜਾ ਪਾ ਰਹੇ ਠੀਕ ਹੈ ਕਬੂਤਰ ਦੀ ਨਸਲ ਤੇ ਪਾਬੰਦੀ ਹੋਣੀ ਚਾਹੀਦੀ ਹੈ ਕਿ ਫਲਾਣੀ ਨਸਲ ਦਾ ਨਹੀਂ ਉੱਡ ਸਕਦਾ ਹੁਣ ਉਹੀ ਨਸਲ ਕਿਸੇ ਹੋਰ ਅੱਖ ਚ ਬਣਾ ਲਓ ਤੇ ਇਹਦਾ ਮਤਲਬ ਉੱਡ ਗਈ ਤੇ ਤੁਹਾਡੀ ਪਾਬੰਦੀ ਕਿੱਥੇ ਗਈ ਲੇਰ ਆਦਮੀ ਨੂੰ ਤੇ ਪਤਾ ਲੱਗਦਾ ਕਿ ਭਾਈ ਫੜ ਕੇ ਪਤਾ ਲੱਗਦਾ ਅੱਖ ਉਹਦੇ ਚ ਕੋਈ ਵੀ ਹੋਵੇ ਉਹਦੇ ਜਿਸਮ ਤੋਂ ਤੇ ਪਰਾਂ ਤੋਂ ਤੇ ਹੁੰਦੀ ਹੈ ਤਾਂ ਪਤਾ ਲੱਗ ਜਾਂਦਾ ਕਿ ਇਹ ਕਬੂਤਰ ਇਹ ਚ ਕਿਹੜਾ ਕਿਹੜਾ ਪਰ ਮਿਕਸ ਹੈ ਤੇ ਮਿਕਸ ਬਰੀਡ ਹੈ ਤੇ ਕੋਈ ਤੁਹਾਡੀ ਪਾਬੰਦੀ ਨਹੀਂ ਤੁਹਾਡੀ ਪਿਓਰ ਜਿਹੜਾ ਫਲਾਣਾ ਉਹ ਨਾ ਉੱਡੇ ਭਾਈ ਇਹ ਸੂਰੀ ਭਾਜੀ ਵਾਲੇ ਤੇ ਪਾਕਿਸਤਾਨੀ ਗਾੜੀ ਉਹ ਕਰੋਸ ਪਾਇਆ